ਚਾ ਚਾ ਸਰਦਾਰ ਚਾਂ ਚਾ ਸਰਦਾਰ ਚੜ ਜਾਂਦਾ ਹੈ ਚਾਂ ਚਾ ਤੂੰ ਆਉਂਦਾ ਸੱਚਿਕਾ ਤੁਸੀਂ ਬੜਾ ਵੀ ਰਿਸ਼ਤ ਪਰ ਅੱਜ ਹੋਰ ਇੱਕ ਸੋਲੋ ਪ੍ਰੋਗਰਾਮ ਲੈ ਕੇ ਆਏ ਜੀ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਇਮੀਗ੍ਰੇਸ਼ਨ ਰਿਲੇਟਡ ਇਹ ਪ੍ਰੋਗਰਾਮ ਹੁੰਦਾ ਸਾਡਾ ਜੀ ਜਿਹਦੇ ਵਿੱਚ ਅਸੀਂ ਤੁਹਾਨੂੰ ਨਵੇਂ-ਨਵੇਂ ਇਮੀਗ੍ਰੇਸ਼ਨ ਦੇ ਰੂਲਸ ਬਾਰੇ ਜਾਣਕਾਰੀ ਦੰਨੇ ਆ ਹੁਣ ਜਿਹੜਾ ਸਭ ਤੋਂ ਅਹਿਮ ਫੈਸਲਾ ਪਿੱਛੇ ਜਿਹਾ ਆਇਆ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਜਿਹੜੇ ਉਹ ਐਕਸਟੈਂਡ ਨਹੀਂ ਹੋ ਰਹੇ ਤੁਹਾਨੂੰ ਜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਟੈਂਡ ਨਹੀਂ ਹੋ ਰਿਹਾ ਤੇ ਜਿਹੜੇ ਬੱਚਿਆਂ ਵਾਸਤੇ ਜਿਨ੍ਹਾਂ ਦੇ ਜਨਵਰੀ ਫਰਵਰੀ ਮਾਰਚ ਦੇ ਵਿੱਚ ਹੁਣ ਐਕਸਪਾਇਰ ਹੋ ਰਹੇ ਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹਨਾਂ ਲਈ ਅੱਜ ਦੀ ਵੀਡੀਓ ਆ ਸੋ ਮੈਂ ਬਹੁਤ ਸਾਰੇ ਦੇਖਦਾ ਵੀ ਆਸੇ-ਪਾਸੇ ਵੀਡੀਓਜ਼ ਕਾਫੀ ਫੈਲ ਰਹੀਆਂ ਜੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਾਈਫ ਟਾਈਮ ਵਨ ਟਾਈਮ ਅਪਰਚੁਨਿਟੀ ਹੈ ਆਪਾਂ ਸਾਰਿਆਂ ਨੂੰ ਪਤਾ ਪਰ ਉਹ ਕਹਿ ਰਿਹਾ ਵੀ ਹੁਣ ਦੁਬਾਰੇ ਸਟੱਡੀ ਜੇ ਤੁਸੀਂ ਕਰਨ ਲੱਗੇ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲਣਾ ਠੀਕ ਹੈ ਜੀ ਉਦੋਂ ਸਾਨੂੰ ਪਤਾ ਨਹੀਂ ਮਿਲਣਾ ਸਟੱਡੀ ਕਰਨ ਦਾ ਕੋਈ ਫਾਇਦਾ ਨਹੀਂ ਐਲਮੇ ਲੈ ਲਓ ਕੁਝ ਹੋਰ ਦੇਖ ਲਓ ਹਨਾ ਹੁਣ ਮੈਂ ਇੱਕ ਗੱਲ ਪੁੱਛਦਾ ਤੁਹਾਨੂੰ ਵੀ ਜੇ ਮੰਨ ਲਓ ਵੀ ਏਮਪਲੋਇਰ ਨੂੰ ਤੁਸੀਂ ਪੈਸੇ ਦੇ ਕੇ ਐਲਮੇ ਲੈ ਰਹੇ ਹੋ ਪਹਿਲੇ ਨੰਬਰ ਤੇ ਉਹ ਗੱਲ ਤਾਂ ਬਿਲਕੁਲ ਗਲਤ ਤੁਸੀਂ ਪਹਿਲਾਂ ਇੰਨਾ ਪੈਸਾ ਆਪਣੀ ਪੜ੍ਹਾਈ ਤੇ ਲਾਉਨੇ ਹੋ ਫਿਰ ਦੁਬਾਰੇ ਉਹ ਪੈਸੇ ਏਮਪਲੋਇਰ ਨੂੰ ਦੇ ਕੇ ਜੇ ਆਪਾਂ ਕਹੀਏ ਹਨਾ ਤੇ ਫਿਰ ਦੁਬਾਰੇ ਫੇਰ ਨਾ ਉਹਨੇ ਪੀਆਰ ਕਰਾਇਆ ਤਾਂ ਫਿਰ ਉਹ ਜ਼ੀਰੋ ਹੋ ਗਿਆ ਉਹੀ ਪੈਸੇ ਮੈਂ ਕਹਿੰਦਾ ਤੁਸੀਂ ਆਪਣੇ ਆਪ ਤੇ ਲਾਓ ਹੁਣ ਮੈਂ 2-3 অপਸ਼ਨਸ ਤੁਹਾਨੂੰ ਦੱਸੂੰਗਾ ਡਿਪੈਂਡ ਅਪਨ ਤੁਹਾਡੀ ਸਿਚੁਏਸ਼ਨ ਦੇ ਉੱਤੇ ਇੰਡੀਆ ਤੋਂ +2 ਕਰਕੇ ਆਉਂਦੇ ਆ ਕਈ ਬੱਚੇ ਹਨਾ ਉਸ ਤੋਂ ਬਾਅਦ ਕੀ ਕਰਦੇ ਆ ਉਹ ਗ੍ਰੈਜੂਏਸ਼ਨ ਵੀ ਉਹਨਾਂ ਨੇ ਕੀਤੀ ਹੁੰਦੀ ਹੈ ਇੰਡੀਆ ਤੋਂ ਤੇ ਇੱਥੇ ਪੋਸਟ ਗ੍ਰੈਜੂਏਸ਼ਨ ਡਿਪਲੋਮੇ ਚ ਆਉਂਦੇ ਆ ਪਰ ਕੈਨੇਡਾ ਦੇ ਵਿੱਚ ਆਉਂਦੇ ਹੀ ਰੰਗ ਚੇਂਜ ਕਰ ਲੈਂਦੇ ਆ ਤੇ ਕਹਿੰਦੇ ਜੀ ਪੋਸਟ ਗ੍ਰੈਜੂਏਸ਼ਨ ਵਰਕ ਪਰਮ ਇਹਦੀ ਪੋਸਟ ਗ੍ਰੈਜੂਏਸ਼ਨ ਡਿਪਲੋਮੇ ਦੀ ਕੀ ਲੋੜ ਆ 让我们 ਗੋ ਫਾਰ ਐਸੋਸੀਏਸ਼ਨ ਆਫ ਆਰਟਸ ਜਿਹੜਾ ਕਿ ਇੱਕ +2 ਤੋਂ ਬਾਅਦ ਬੱਚੇ ਕਰਦੇ ਆ ਨਾ ਉਹ ਡਿਪਲੋਮਾ ਕਰਨ ਲੱਗ ਜਾਂਦੇ ਉਹਨੂੰ ਕਹਿੰਦੇ ਆ ਪੋਸਟ ਸਕੈਂਡਰੀ ਡਿਪਲੋਮਾ ਉਹਨੂੰ ਪੋਸਟ ਸਕੈਂਡਰੀ ਜਿਹੜਾ ਪੋਸਟ ਗ੍ਰੈਜੂਏਸ਼ਨ ਜਿਹੜੇ ਬੰਦੇ ਨੇ ਕਰਨਾ ਸੀ ਉਹ ਹੁਣ ਪੋਸਟ ਸਕੈਂਡਰੀ ਡਿਪਲੋਮਾ ਕਰ ਰਿਹਾ ਉਹ ਆਪਣੇ ਕੰਪੀਟੀਸ਼ਨ ਨੂੰ ਆਪ ਹੀ ਮਤਲਬ ਘਟਾ ਕੇ ਤੇ ਉਹ ਪਲੱਸ 2 ਵਾਲਿਆਂ ਦੇ ਵਿੱਚ ਆ ਕੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਬਣ ਰਿਹਾ ਹੁਣ ਤੁਸੀਂ ਆਪ ਦੇਖੋ ਆਪ ਸਿਆਣੇ ਹੋ ਕਿਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਤੁਸੀਂ ਕਰੋਗੇ ਤੇ ਪੁਆਇੰਟਸ ਤੁਹਾਨੂੰ ਵੱਧ ਮਿਲਣਗੇ ਪ੍ਰੋਵਿੰਸ ਦੇ ਹਰੇਕ ਪ੍ਰੋਵਿੰਸ ਦੇ ਹਿਸਾਬ ਦੇ ਨਾਲ ਆ ਤੇ ਜੇ ਤੁਸੀਂ ਉਹੀ ਆਪਣੇ ਆਪਣੇ ਆਪ ਨੂੰ ਪੋਸਟਸ ਕੈਂਡੀਡੇਟ ਡਿਪਲੋਮਾ ਕਰੋਗੇ ਤੁਸੀਂ ਪੁਆਇੰਟ ਆਪਣੇ ਘਟਾ ਲੈਣੇ ਆ ਸੋ ਇੱਕ ਤਾਂ ਨੁਕਸਾਨ ਤੁਹਾਨੂੰ ਉੱਥੇ ਹੋ ਗਿਆ ਠੀਕ ਆ ਹੁਣ ਉਹ এডਿਕੇਸ਼ਨ ਤੁਸੀਂ ਕਰ ਲਈ ਆ ਤੁਹਾਡੇ ਕੰਮ ਦੀ ਕੋਈ ਨਹੀਂ ਹੈਗੀ ਪਰ ਉਸ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਲਿਆ ਇਹ ਗੱਲ ਤਾਂ ਮੰਨਣੀ ਪੈਣੀ ਆ ਵੀ 90% ਪਰਸਨ ਇੱਥੇ ਵਰਕ ਪਰਮਿਟ ਤੇ ਪੀਆਰ ਲੈਣ ਨਹੀਂ ਆਉਂਦੇ ਆ ਪੜ੍ਹਾਈ ਤੋਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਵੀ ਕਿਹੜੀ ਪੜ੍ਹਾਈ ਆ ਕੋਈ ਚੱਕਰ ਨਹੀਂ ਜਿਹੜਾ 10% ਉਹ ਇੰਡੀਆ ਤੋਂ ਹੀ ਸੋਚ ਕੇ ਆਉਂਦੇ ਪੜਨ ਆਉਣਾ ਉਹਨਾਂ ਨੂੰ ਪ੍ਰੋਪਰ ਨੋਲਿਜ ਹੁੰਦੀ ਆ ਵੀ ਕਿਹੜੇ ਅਸੀਂ ਵਰਕ ਪਰਮਿਟ ਦੇ ਵਿੱਚ ਜਾਣਾ ਕਿਹੜੇ ਕਿਹੜੇ ਅਸੀਂ ਸਟੱਡੀ 'ਚ ਜਾਣਾ ਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਉੱਤੇ ਕਿਹੜੀ ਜੋਬ ਦੇ ਉੱਤੇ ਜਾਣਾ ਪ੍ਰੋਪਰ ਪਲੈਨਿੰਗ ਹੁੰਦੀ ਆ ਉਹ ਹੁਣ ਜਿਹੜੇ ਨਹੀਂ ਪਲੈਨਿੰਗ ਕਰਦੇ ਉਹਨਾਂ ਦੀ ਇੱਕ ਤਾਂ ਫੀਸ ਇਹ ਚਲੀ ਗਈ ਇਹਨਾਂ ਨੇ ਪੋਸਟ ਕੈਂਡੀਡੇਟ ਡਿਪਲੋਮਾ ਕਰ ਲਿਆ ਹੁਣ ਮੈਂ ਉਹਨਾਂ ਨੂੰ ਐਡਵਾਈਸ ਇਹ ਦੇ ਰਿਹਾ ਵੀ ਭਾਈ ਬੈਚਲਰ ਸੋਡੀ ਕੀਤੀ ਹੋਈ ਆ ਬੈਚਲਰਸ ਤੋਂ ਬਾਅਦ ਸਿੱਧਾ ਮਾਸਟਰਸ ਪ੍ਰੋਗਰਾਮ ਕਰੋ ਮੈਨੂੰ ਵੀ ਪਤਾ ਵਾ ਵੀ ਇਹ ਮਾਸਟਰਸ ਕਰਕੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਪਰ ਸਾਨੂੰ ਵਰਕ ਪਰਮਿਟ ਦੀ ਲੋੜ ਹੀ ਨਹੀਂ ਤੁਸੀਂ ਜਦੋਂ ਬੈਚਲਰਸ ਤੋਂ ਬਾਅਦ ਮਾਸਟਰਸ ਕਰੋਗੇ ਜਿਹੜੀਆਂ ਯੂਨੀਵਰਸਿਟੀਆਂ ਮੈਂ ਦੱਸਦਾ ਪਿਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੂੰਗਾ ਉਹਨਾਂ ਦੇ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਜਿਹੜੇ ਵੀ ਕਰਦੇ ਆ ਮਤਲਬ ਜਿਹੜੇ ਮਾਸਟਰ ਡਿਗਰੀ ਕਰਦੇ ਆ ਜਾਂ ਐਮ ਐਚ ਕਰਦੇ ਆ ਜਾਂ ਐਮ ਐਸ ਸੀ ਕਰਦੇ ਆ ਉਹਨਾਂ ਵਾਸਤੇ ਇੱਕ ਲਗ ਸਟਰੀਮ ਉਹਨਾਂ ਨੂੰ ਕੋਈ ਵੀ এমਪਲੋયર ਦੀ ਲੋੜ ਦੇਗੀ ਜਦੋਂ ਤੁਸੀਂ ਉਹਨਾਂ ਯੂਨੀਵਰਸਿਟੀ ਜਾਂ ਉਹ ਪਾਰਟਿਕੂਲਰ ਪ੍ਰੋਗਰਾਮ ਕਰ ਲੇ ਤੇ ਯੂ ਆਰ ਗੋਟ ਟੂ ਗੋ ਵਿਦ ਪੀ ਐਨ ਪੀ ਪੀ ਐਨ ਪੀ ਤੁਹਾਡੀ ਅਪਰੂਵ ਹੋ ਗਈ ਉਸ ਤੋਂ ਬਾਅਦ ਜੇ ਤਾਂ ਤੁਹਾਡੇ ਕੋਲ ਸਾਲ ਦਾ ਐਕਸਪੀਰੀਅੰਸ ਇੰਡੀਆ ਦਾ ਜਾਂ ਇਤੋਂ ਦਾ ਹੋ ਗਿਆ ਫੇਰ ਤਾਂ ਤੁਸੀਂ ਐਕਸਪ੍ਰੈਸ ਐਂਟਰੀ ਲਾ ਦਿਓ ਤੇ ਜੇ ਉਹ ਨਹੀਂ ਹੋਇਆ ਤਾਂ ਤੁਹਾਡੀ ਨਾਨ ਐਕਸਪ੍ਰੈਸ ਐਂਟਰੀ ਲੱਗ ਜਣੀ ਹੈ ਸੋ ਕੋਈ ਚੱਕਰ ਹੀ ਨਹੀਂਗਾ ਨਲੇ ਹਾਈਲੈਟਸ ਦੀ ਕੋਈ ਰਿਕੁਆਇਰਮੈਂਟ ਨਹੀਂ ਉਹਦੇ ਵਿੱਚ ਜੌਬ এমਪਲੋਇਰ ਦੀ ਕੋਈ ਰਿਕੁਆਇਰਮੈਂਟ ਨਹੀਂ ਕੋਈ ਕੁਝ ਨਹੀਂ ਬਸ ਮਾਸਟਰਸ ਕੀਤੀ ਯੂ ਆਰ ਗੁੱਡ ਟੂ ਗੋ ਹੁਣ ਆਪਾਂ ਗੱਲ ਕਰਦੇ ਆ ਪਲੱਸ 2 ਵਾਲੇ ਬੱਚੇ ਦੀ ਪਲੱਸ 2 ਵਾਲੇ ਨੇ 2 ਸਾਲ ਦਾ ਜਿਹੜਾ ਡਿਪਲੋਮਾ ਕੀਤਾ ਇੱਥੇ ਐਸੋਸੀਏਸ਼ਨ ਆਫ ਆਰਟਸ ਵੀ ਕਹਿੰਦੇ ਆ ਐਸੋਸੀਏਟ ਡਿਗਰੀ ਕਹਿੰਦੇ ਆ ਡਿਗਰੀ ਤਾਂ ਹੁੰਦੀ ਨਹੀਂ ਹੁੰਦਾ ਤਾਂ ਡਿਪਲੋਮਾ ਹੀ ਆ ਹੁਣ ਉਹਨਾਂ ਨੂੰ ਜਦੋਂ 3 ਸਾਲ ਦਾ ਵਰਕ ਪ੍ਰੂਫ ਮਿਲਿਆ 3 ਸਾਲ ਦੇ ਵਰਕ ਪ੍ਰੂਫ ਚ ਉਹਨਾਂ ਤੋਂ ਕੁਝ ਨਹੀਂ ਹੋਇਆ ਹੁਣ ਉਹ ਮੇਰੇ ਕੋਲ ਆ ਰਿਹਾ ਵੀ ਜਨੂਅਰੀ ਦੇ ਵਿੱਚ ਸਾਡਾ ਐਕਸਪਾਇਰ ਹੋ ਰਿਹਾ ਉਹਨਾਂ ਵਾਸਤੇ ਬੈਸਟ ਓਪਰਚ्युनिटी ਹੈ ਕਿ ਤੁਸੀਂ ਅਟਲੈਂਟਿਕ ਪ੍ਰੋਵੈਂਸ ਦੇ ਵਿੱਚ ਮੂਵ ਹੋਵੋ ਅਟਲੈਂਟਿਕ ਪ੍ਰੋਵੈਂਸ ਤੋਂ ਤੁਸੀਂ ਸਟੱਡੀ ਕਰਨੀ ਆ ਹੁਣ ਜਿਹੜਾ ਤੁਸੀਂ ਡਿਪਲੋਮਾ ਪਹਿਲਾਂ ਕੀਤਾ ਸੀਗਾ ਐਸੋਸੀਏਟ ਵਾਲਾ ਉਹਨੂੰ ਡਿਗਰੀ ਦੇ ਵਿੱਚ ਕਨਵਰਟ ਕਰਨਾ ਸੀ 2 ਸਾਲ ਤਾਂ ਤੁਸੀਂ ਪਹਿਲਾਂ ਆਲਰੇਡੀ ਲਾ ਚੁੱਕੇ ਹੋ ரைਟ ਹੁਣ ਸਾਲ ਜਾਂ ਡੇਢ ਸਾਲ ਦੀ ਸਟੱਡੀ ਹੋਰ ਕਰਨੀ ਪੈਣੀ ਆ ਤੁਹਾਨੂੰ ਇੱਕ ਤਾਂ ਬੈਚਲਰ ਡਿਗਰੀ ਹੋ ਜਾਣੀ ਆ ਤੁਹਾਡੇ ਕੋਲੇ ਦੂਸਰੇ ਨੰਬਰ ਤੇ ਅਟਲੈਂਟਿਕ ਪ੍ਰੋਵੈਂਸ ਦੇ ਵਿੱਚ ਉਹ ਡੇਢ ਸਾਲ ਦਾ ਜਿਹੜਾ ਸਮਾਂ ਤੁਹਾਨੂੰ ਮਿਲੇਗਾ ਉਹ 1.5 ਸਾਲ ਦੇ ਵਿੱਚ ਜੇ ਮੰਨ ਲਓ 2 ਸਾਲ ਵੀ ਲਾਉਣੇ ਪਏ ਆ ਵਾ 2 ਸਾਲ ਦੀ ਐਗਜ਼ਾਮਪਲ ਲੈ ਕੇ ਚੱਲਦੇ ਆ 2 ਸਾਲ ਤੁਸੀਂ ਉੱਥੇ ਲਾਏ ਉਹ 2 ਸਾਲ ਦੇ ਬੇਸ ਦੇ ਉੱਤੇ ਤੁਹਾਨੂੰ ਉੱਥੇ ਗ੍ਰੈਜੂਏਸ਼ਨ ਮਿਲੇਗੀ ਐਟਲੈਂਟਿਕ ਪ੍ਰੋਵੈਂਸ ਦੀ ਇੱਕ ਪਾਲਿਸੀ ਆ ਵੀ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਆ ਜੇ ਤੁਸੀਂ ਉੱਥੋਂ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਭਾਵੇਂ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਵਾ 18 ਮਹੀਨੇ ਮਤਲਬ ਉੱਥੇ ਤੁਸੀਂ ਰਹੇ ਹੋਏ ਹੋ ਤਾਂ ਤੁਸੀਂ AIP ਦੀ ਉਸ ਕੈਟਾਗਰੀ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟਸ ਟੀਮ ਦੇ ਵਿੱਚ ਕਵਾਲਿਫਾਈ ਹੋ ਜਾਣੇ ਹੋ ਜੀ ਉਹ ਡੈਜ਼ਿਗਨੇਟਿਡ ਇੰਸਟੀਚਿਊਟ ਤੋਂ ਤੁਸੀਂ ਉਹ ਕੀਤੀ ਆ ਉਹਦੀ ਲਿਸਟ ਵੀ ਮੈਂ ਆਪੇ ਭੇਜ ਦੂੰਗਾ ਤੁਹਾਨੂੰ ਤੁਸੀਂ ਮੇਰਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ 7782510065 ਨੰਬਰ ਹੋਤੇ ਹੈਲੋ ਭੇਜੋਗੇ WhatsApp ਗਰੁੱਪ ਦਾ ਵੀ ਲਿੰਕ ਆ ਜਾਣਾ Telegram ਦਾ ਵੀ ਦੋਨਾਂ ਤੇ ਪਾ ਦੂੰਗਾ ਤੇ ਉਸ ਤੋਂ ਬਾਅਦ ਹੁਣ ਅਗਲੀ ਗੱਲ ਆਉਂਦੀ ਹੈ ਵੀ ਜਦੋਂ ਤੁਸੀਂ ਉੱਥੇ ਉਹ ਗ੍ਰੈਜੂਏਟ ਸਟਰੀਮ ਦੇ ਵਿੱਚ ਆਪਣੀ ਪੜ੍ਹਾਈ ਕੰਪਲੀਟ ਕਰ ਲਈ ਉਸ ਤੋਂ ਬਾਅਦ ਸਿੱਧੀ AIP ਦੇ ਵਿੱਚ ਤੁਹਾਡੀ ਫਾਈਲ ਲੱਗ ਜਣੀ ਹੈ ਵਰਕ ਪਰਮਿਟ ਦੀ ਤਾਂ ਸਾਨੂੰ ਲੋੜ ਹੀ ਨਹੀਂ ਜੀ ਜਦੋਂ AIP ਦੇ ਵਿੱਚ ਤੁਹਾਡੀ ਫਾਈਲ ਲੱਗ ਗਈ ਉਸ ਅਨਲੋਸਮੈਂਟ ਤੁਹਾਨੂੰ ਮਿਲ ਗਈ ਆ ਉਹ ਮਿਲ ਗਈ ਤੁਹਾਨੂੰ AIP ਮਿਲ ਗਈ ਉਹਦੇ ਬੇਸ ਦੇ ਉੱਤੇ ਹੁਣ ਤੁਹਾਡਾ ਓਪਨ ਵਰਕ ਪਰਮਿਟ ਲੱਗ ਜਾਣਾ ਜਦੋਂ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਦੀ ਫਾਈਲ ਲਾਤੀ ਉਹਦੇ ਬੇਸ ਤੇ PR PR ਦੀ ਫਾਈਲ ਲੱਗ ਗਈ ਵਰਕ ਪਰਮਿਟ ਅਪਲਾਈ ਕਰਤਾ ਉਨਨੀ ਦੇ ਤੁਸੀਂ ਇੱਥੇ ਵਿਜ਼ਟਰ ਤੇ ਰਹਿਣਾ ਵਿਜ਼ਟਰ ਤੇ ਰਹ ਪੋ ਜੇ ਸਟੱਡੀ ਪਰਮਿਟ ਪੂਰਾ ਪੂਰਾ ਨਹੀਂ ਮਿਲਦਾ ਹੁੰਦਾ ਉਹ 2 ਸਾਲ ਦੀ ਸਟੱਡੀ ਆ 2.5 ਸਾਲ ਦੇ ਮਿਲਦਾ ਹੁੰਦਾ ਇੱਕ ਸੈਮੇਸਟਰ ਵੱਧਦਾ ਹੀ ਉਹ ਤੁਹਾਡੇ ਕੋਲ ਸਟੇਟਸ ਹੁੰਦਾ ਹੀ ਆ ਉਸ ਸਟੇਟਸ ਦੇ ਦੌਰਾਨ ਤੁਸੀਂ ਕੀ ਕਰ ਸਕਦੇ ਹੋ ਜਿਹੜਾ ਵੀ এমਪਲੋਇਰ ਲਈ ਕੰਮ ਕੀਤਾ ਹੁੰਦਾ 2 ਸਾਲ ਉਹ ਚੋ ਜੇ ਕੋਈ এমਪਲੋਇਰ ਤੁਹਾਨੂੰ ਜੌਬ ਆਫਰ ਵੀ ਦੇ ਰਿਹਾ ਵਾ ਡਿਊਰਿੰਗ ਥੈਟ ਭਾਵੇਂ ਪਹਿਲੇ 6 ਮਹੀਨਿਆਂ ਚ 7 ਮਹੀਨਿਆਂ ਚ 8 ਮਹੀਨਿਆਂ ਚ ਉਹ ਜੌਬ ਲੈ ਕੇ ਵੀ ਤੁਸੀਂ ਆਪਣੀ ਜਿਹੜੀ ਹੈ ਐਨਡੋਸਮੈਂਟ ਅਪਲਾਈ ਕਰ ਸਕਦੇ ਹੋ ਉਹ ਜੌਬ ਆਫਰ ਬਣ ਜਾਂਦੀ ਹੈ ਕਿਉਂਕਿ ਪਿੱਛੇ ਤੁਸੀਂ ਆਲਰੇਡੀ 3 ਸਾਲ ਦਾ ਐਕਸਪੀਰੀਅੰਸ ਹੈਗਾ ਉਹਦੇ ਬੇਸ ਦੇ ਉੱਤੇ ਤੁਸੀਂ ਸਿੱਧੀ ਆਪਣੀ ਪਰਮਨੈਂਟ ਰੈਜ਼ਿਡੈਂਸੀ ਪਾ ਸਕਦੇ ਹੋ ਸੋ ਦੋ ਪਾਥਵੇ ਤੁਹਾਡੇ ਖੁੱਲ ਗਏ ਇੱਕ ਤਾਂ ਡਿਊਰਿੰਗ ਦਾ ਸਟੱਡੀ ਤੁਹਾਡੀ ਪੀਆਰ ਹੋਣ ਦੇ ਚਾਂਸਸ ਆ ਨਹੀਂ ਹੋਏ ਤਾਂ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਗ੍ਰੈਜੂਏਟਸ ਟੀਮ ਦੇ ਵਿੱਚ ਤੁਹਾਡੇ ਚਾਂਸਸ ਆ ਉਹ ਚ ਵੀ ਰੱਬ ਕਰੇ ਮਤਲਬ ਤੁਸੀਂ ਹੋ ਜੋ ਮੂਜੇ ਨਾ ਹੋਮੂ ਫਿਰ ਉਹਦੇ ਵਿੱਚ ਅਗਲਾ ਚਾਂਸ ਮੈਂ ਤੁਹਾਨੂੰ ਦੱਸਦਾ ਵੀ ਅਗਲਾ ਚਾਂਸ ਤੁਸੀਂ ਕੀ ਲੈਣਾ ਥੋੜਾ ਜਿਹਾ ਸਪਾਊਸ ਉਹ ਵੀ ਓਪਨ ਵਰਕ ਪਰਮਿਟ ਤੇ ਹੁੰਦਾ ਜੇ ਸਿੰਗਲ ਹੋ ਤਾਂ ਗੱਲ ਵੱਖਰੀ ਆ ਜ਼ਿਆਦਾਤਰ ਪਲੱਸ 2 ਵਾਲੇ ਬੱਚੇ ਉਥੋਂ ਇੰਡੀਆ ਤੋਂ ਵਿਆਹ ਕਰਾ ਕੇ ਆਉਂਦੇ ਆ ਨਹੀਂ ਵੀ ਜਿਹੜੇ ਕਰਾ ਕੇ ਆਉਂਦੇ ਉਜਾਦੋ 2 ਸਾਲ ਦਾ ਇੱਥੇ ਸਟੱਡੀ ਕਰ ਲੈਂਦੇ ਆ ਉਹਦੇ ਦੌਰਾਨ ਕਰਾ ਲੈਂਦੇ ਉੱਚ ਨਹੀਂ ਕਰਾਇਆ ਫਿਰ ਅੱਗੇ 3 ਸਾਲ ਦਾ ਪਰਮਿਟ ਮਿਲਿਆ ਉੱਚ ਹੋ ਜਾਂਦਾ 5 ਸਾਲਾਂ ਚ ਨਹੀਂ ਵਿਆਹ ਹੋਇਆ ਤੇ ਜਿਹੜੇ ਆ 2 ਸਾਲ ਐਕਸਟਰਾ ਲਏ ਹੋਇਆ ਇਹ ਚ ਹੋ ਜਾਂਦਾ 7 ਸਾਲ ਮਤਲਬ ਸਟੱਡੀ ਦੇ ਪੂਰੀ ਕਾਹਲਣਾ ਕਾਲਣ ਤੋਂ ਬਾਅਦ ਜੇ ਤੁਹਾਨੂੰ ਪੀਆਰ ਮਿਲਦੀ ਹੈ ਨਾ ਰੱਬ ਦਾ ਸ਼ੁਕਰ ਮਨਾਇਓ ਤੇ ਦੂਜੇ ਬੱਚਿਆਂ ਨੂੰ ਇਹ ਸਲਾਹ ਦਿਓ ਵੀ ਭਾਈ ਜੋ ਸਾਡੇ ਤੋਂ ਗਲਤੀ ਹੋਈ ਆ ਉਹ ਕਿਸੇ ਹੋਰ ਤੋਂ ਨਾ ਹੋਵੇ ਹੁਣ ਆਪਾਂ ਗੱਲ ਉਹਨੇ ਸਪਾਊਸ ਦੇ ਉੱਤੇ ਜਿਵੇਂ ਉਹ ਤੁਹਾਨੂੰ ਦੱਸਿਆ ਵੀ ਇਹ ਸਪਾਊਸ ਨਾਲ ਆਏ ਹੋਏ ਉਹਨਾਂ ਦੇ ਓਪਨ ਵਰਕ ਪਰਮਿਟ ਉਹ ਵੀ ਚਾਂਸ ਵਧਾ ਦਿੰਦੇ ਆ ਕਿਉਂਕਿ ਉਹਨਾਂ ਹਸਬੰਡ ਤੇ ਵਾਈਫ ਇੱਕੋ ਥਾਂ ਦੇ ਉੱਤੇ ਇੱਕੋ ੈਂਪਲੋਇਰ ਕੋਲੇ ਕੰਮ ਨਾ ਕਰਿਆ ਕਰੋ ਕਾਰਨ ਕੀ ਆ ਕਿ ਜੇ ੈਂਪਲੋਇਰ ਨੇ ਤੁਹਾਨੂੰ ਪੇਪਰ ਨਹੀਂ ਦਿੱਤੇ ਤੁਹਾਡੇ ਹਸਬੰਡ ਨੂੰ ਵੀ ਨਹੀਂ ਦੇਣੇ ਜੇ ਤੁਹਾਡੀ ਵਾਈਫ ਨੂੰ ਵੀ ਨਹੀਂ ਦੇਣੇ ਜੇ ਹੁਣ ਦੋਨਾਂ ਨੂੰ ਪੇਪਰ ਨਹੀਂ ਮਿਲੇ ਉਹ ਦੋ ਅਲੱਗ-ਅਲੱਗ ੈਂਪਲੋਇਰ ਹੋਣਗੇ ਤਾਂ ਤੁਹਾਡੇ ਉਹੀ ਪ੍ਰੋਬੈਬਿਲਿਟੀ ਵਧ ਗਈ ਜੇ ਇੱਕ ਨਹੀਂ ਦਿੰਦਾ ਪੇਪਰ ਦੂਜੇ ਤੇ ਲਾ ਕੇ ਲਾ ਦਿਓ ਫਾਈਲ ਸੋ ਇਹ ਜਿਹੜਾ ਤਰੀਕ ਜਿਹਦੇ ਨਾਲ ਤੁਹਾਡਾ ਨੁਕਸਾਨ ਘੱਟ ਤੇ ਫਾਇਦਾ ਜ਼ਿਆਦਾ ਆ ਹੁਣ ਤੁਸੀਂ ਐਲਐਮਆਈ ਲੈਨੇ ਹੋ 40 40 50 50 ਹਜ਼ਾਰ ਡਾਲਰ ਵੀ ਦਿੰਦੇ ਮੈਂ 70 70 ਹਜ਼ਾਰ ਡਾਲਰ ਵਾਲੇ ਵੀ ਦੇਖਿਆ ਇੱਥੇ ਉਹ ਐਲਐਮਆਈ ਦੇ ਪੈਸੇ ਦੇ ਕੇ ਐਲਐਮਆਈ ਲੈ ਕੇ ਉਹਦੇ ਵਾਅਵਯੂਧ ਪੱਕੇ ਨਹੀਂ ਹੁੰਦੇ ਤੇ ਪੈਸਾ ਤਾਂ ਜ਼ੀਰੋ ਹੋਇਆ ਹੀ ਹੋਇਆ ਵਾ ਤੇ ਤੁਹਾਨੂੰ ਪੀਆਰ ਵੀ ਨਹੀਂ ਮਿਲੀ ਪੱਲੇ ਕੀ ਹੋਇਆ ਕੁਛ ਵੀ ਨਹੀਂ ਤੇ ਜਿਹੜਾ ਮੈਂ ਮੌਕਾ ਤੁਹਾਨੂੰ ਦੱਸਦਾ ਫਿਰ ਚ ਐਜੂਕੇਸ਼ਨ ਵੀ ਤੁਸੀਂ ਲੈ ਲਈ ਪੀਆਰ ਵੀ ਲੈ ਲਈ ਕਿਸੇ ਏਮਪਲੋਇਰ ਨੂੰ ਵੀ پیسے ਦੇਣ ਦੀ ਵੀ ਲੋੜ ਨਹੀਂ ਪਈ ਸੋ ਇਹ ਦੋਨੇ ਪ੍ਰੋਗਰਾਮਾਂ ਨੂੰ ਯਾਦ ਰੱਖੋ ਦੋਨੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਵਰਕ ਪਰਮਿਟ ਦੀ ਲੋੜ ਨਹੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਲੋੜ ਨਹੀਂ ਡਿਊਰਿੰਗ ਦਾ ਸਟੱਡੀ ਤੁਸੀਂ ਪੀਆਰ ਹੋ ਸਕਦੇ ਹੋ ਅਗਲੀ ਜਾਣਕਾਰੀ ਲੈ ਕੇ ਜਰੂਰ ਹਾਜ਼ਰ ਹੋਊਂਗਾ ਤਦ ਤੱਕ ਦਿਓ ਆਗਿਆ ਤੁਹਾਡਾ ਵੀਰ ਰਗਵੀਰ ਸਿੰਘ ਸਾਸਤਰੀ ਕਾ